ਸਤਿ ਸ਼੍ਰੀ ਅਕਾਲ ਜੀ ਪ੍ਰਾਈਮੇਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਪ੍ਰਾਈਮ ਔਮਨ ਪ੍ਰੋਗਰਾਮ ਲੈ ਕੇ ਇੱਕ ਵਾਰ ਫੇਰ ਹਾਜ਼ਰ ਹੋ ਚੁੱਕੇ ਆਂ ਜੀ ਅਸੀਂ ਦੋਵੇਂ ਜਣੇ ਮੈਂ ਹਾਂ ਕੁਸਮਤ ਮੇਰੇ ਨਾਲ ਨੇ ਹਰਮਨ ਜੀ ਔਰ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਔਰਤਾਂ ਨਾਲ ਸੰਬੰਧਿਤ ਬਾਤਾਂ ਪਾਉਨੇ ਆ ਉਹ ਔਰਤਾਂ ਜਿਨ੍ਹਾਂ ਨੇ ਇਤਿਹਾਸ ਦੇ ਪੰਨਿਆਂ ਤੋਂ ਸਬਕ ਲਏ ਆਪਣੇ ਵਰਤਮਾਨ ਦੇ ਵਿੱਚ ਜਿਨ੍ਹਾਂ ਨੇ ਸੰਘਰਸ਼ ਕੀਤਾ ਜਿਨ੍ਹਾਂ ਨੇ ਚੰਗੇ ਫੈਸਲੇ ਲਏ ਤੇ ਭਵਿੱਖ ਦੇ ਸੁਪਨੇ ਸਜਾਉਣ ਦੇ ਲਈ ਜਿਨ੍ਹਾਂ ਨੇ ਨਵੀਂ ਰਾਹ ਬਣਾ ਲਈ ਉਹਨਾਂ ਔਰਤਾਂ ਬਾਰੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਆਂ ਬਹੁਤ ਸਾਰ ਇੰਦੀ ਦਾ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਤੁਸੀਂ ਸੁਣਾਓ ਕੀ ਗੱਲ ਥੋੜਾ ਡਾਊਨ ਜਿਹਾ ਲੱਗ ਰਹੇ ਹੋ ਨਹੀਂ ਨਹੀਂ ਬਿਲਕੁਲ ਠੀਕ ਹੈ ਹਰ ਰੋਜ਼ ਹੀ ਜਿਹਾ ਬਸ ਉਹ ਮੌਸਮ ਜਿਵੇਂ ਜਿਵੇਂ ਤਬਦੀਲੀ ਲੈ ਰਿਹਾ ਹੈ ਤੇਵੇਂ ਤੇਵੇਂ ਉਹਦਾ ਅਸਰ ਜਿਹੜਾ ਉਹ ਮੂਡ ਦੇ ਉੱਤੇ ਹੋਣ ਲੱਗ ਗਿਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਵੱਧ ਗਈ ਹੈ ਔਰ ਆਇਦਨ ਖਬਰਾਂ ਇਹ ਹੋ ਜਈਆਂ ਪੜ ਲਈਆਂ ਜਿਹਦੇ ਤੋਂ ਬਾਅਦ ਮਨ ਉਦਾਸ ਹੋ ਜਾਂਦਾ ਆ ਅੱਜ ਹੀ ਸਵੇਰੇ ਜਦੋਂ ਅਖਬਾਰ ਚੁੱਕੀ ਤੇ ਉਹਦੇ ਵਿੱਚ ਰੁੰਦੇ ਹੋਏ ਕਿਸਾਨਾਂ ਦੀਆਂ ਤਸਵੀਰਾਂ ਵੇਖੀਆਂ ਮਨ ਬਹੁਤ ਜ਼ਿਆਦਾ ਉਦਾਸ ਹੋਇਆ ਕਿਉਂਕਿ ਬਹੁਤ ਸਾਰੀ ਜਿਹੜੀ ਕਣਕ ਹੈ ਉਹ ਸੜ ਕੇ ਸੁਆਹ ਹੋ ਗਈ ਤੇ ਜਿਨ੍ਹਾਂ ਕਿਸਾਨਾਂ ਨੇ ਪੁੱਤਾਂ ਵਾਂਗੂ ਫਸਲਾਂ ਜੜੀਆਂ ਨੇ ਉਹ ਸੰਭੀਆਂ ਹੁੰਦੀਆਂ ਨੇ ਪੁੱਤਾਂ ਵਾਂਗੂ ਪਾਲੀਆਂ ਹੁੰਦੀਆਂ ਨੇ ਇਹ ਉਹ ਉਹਨਾਂ ਨੂੰ ਹੀ ਪਤਾ ਹੁੰਦਾ ਵੀ ਕੀ ਬੀਤਦੀ ਹੈ ਜਦੋਂ ਇੱਕ ਚੰਗਿਆੜੀ ਸਿਰਫ ਉਹ ਜਿਹੜੇ ਵਸੇ ਵਸਾਈ ਖੇਤ ਹੁੰਦੇ ਨੇ ਜਿਹੜੀਆਂ ਸਦਰਾਂ ਹੁੰਦੀਆਂ ਨੇ ਜਿਹੜੇ ਸੁਪਨੇ ਬੰਦੇ ਨੇ ਵੇਖੇ ਹੁੰਦੇ ਨੇ ਵੀ ਜਦੋਂ ਇਹ ਵਿਕਜੂਗੀ ਮੇਰੀ ਫਸਲ ਤੇ ਮੈਂ ਆ ਕਰਨਾ ਹੈ ਆ ਲੈਣਾ ਹੈ ਆ ਇੱਥੇ ਜਾਣਾ ਹੈ ਹਨਾ ਉਹ ਸਾਰੀਆਂ ਸਦਰਾਂ ਜਦੋਂ ਅੱਗ ਦੇ ਵਿੱਚ ਬਲਦੀਆਂ ਹੋਈਆਂ ਦਿਖਦੀਆਂ ਨੇ ਤੇ ਫੇਰ ਉਹ ਕਿਸਾਨ ਹੀ ਜਾਣਦਾ ਵੀ ਉੱਥੇ ਕੀ ਬੀਤਦੀ ਹੈ ਬਿਲਕੁਲ ਹੋਰ ਕੋਈ ਉਹਨਾਂ ਦੀ ਜਿਹੜੀ ਭਾਵਨਾ ਉਹ ਸਮਝ ਵੀ ਨਹੀਂ ਸਕਦਾ ਔਰ ਖਾਸ ਕਰਕੇ ਜਿਹੜੇ ਸਿਆਸਤਦਾਨ ਨੇ ਉਹ ਤਾਂ ਬਿਲਕੁਲ ਨਹੀਂ ਸਮਝ ਸਕਦੇ ਉਹਨਾਂ ਨੇ ਤਾਂ ਅਜੇ ਤਾਂ ਇਹ ਨਹੀਂ ਸਮਝਿਆ ਪਰ ਉਹਨਾਂ ਲਈ ਸਮਝਣੀ ਕਰ ਲੈਣ ਇਹ ਤਾਂ ਕਦੇ ਵੀ ਨਹੀਂ ਹੋ ਸਕਦਾ ਔਰ ਇਸ ਤੋਂ ਇਲਾਵਾ ਜੋ శ్రీలంਕਾ ਦੇ ਵਿੱਚ ਹੋਇਆ ਉਹਦੀਆਂ ਤਸਵੀਰਾਂ ਵੀ ਬਹੁਤ ਜ਼ਿਆਦਾ ਦੁਖੀ ਕਰਨ ਵਾਲੀਆਂ ਸੀ ਤਕਲੀਫ ਕਰਨ ਵਾਲੀਆਂ ਸੀ ਪਰ ਅਸੀਂ ਅਰਦਾਸ ਕਰ ਸਕਦੇ ਹਾਂ ਕਿ ਉਹਨਾਂ ਲੋਕਾਂ ਨੂੰ ਸਬਰ ਦੇਵੇ ਔਰ ਇਦਾਂ ਦਾ ਭਾਣਾ ਦੁਨੀਆਂ 'ਚ ਕਿਤੇ ਵੀ ਕਦੇ ਵੀ ਨਾ ਵਾਪਰੇ ਪਤਾ ਨਹੀਂ ਕਿਉਂ ਇਨਸਾਨੀਅਤ ਤੋਂ ਨਫ਼ਰਤ ਕਰਨ ਵਾਲੇ ਲੋਕ ਜਿਹੜੇ ਨੇ ਉਹ ਕਿਉਂ ਨਹੀਂ ਹਟਦੇ ਕਿ ਉਹ ਨਹੀਂ ਸੁਧਰਦੇ ਪਰ ਉਹਨਾਂ ਵਿਚਾਰੇ ਬੇਦੋਸ਼ਾਂ ਦਾ ਕੋਈ ਦੋਸ਼ ਨਹੀਂ ਸੀ ਜਿਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਜਿਨ੍ਹਾਂ ਦੇ ਨਾਲ ਇਹ ਸਾਰਾ ਕੁਝ ਕੀਤਾ ਗਿਆ ਉਹ ਵਿਚਾਰਿਆਂ ਦਾ ਤਾਂ ਕੋਈ ਦੋਸ਼ ਵੀ ਨਹੀਂ ਸੀ ਸੋ ਖੈਰ ਅਸੀਂ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਸਾਰੇ ਹਾਲਾਤ ਜਿਹੜੇ ਨੇ ਉਹ ਜਲਦੀ ਕਾਬੂ ਹੇਠ ਆਉਣ ਤੇ ਦੁਬਾਰਾ ਇਹੋ ਜਿਹਾ ਕੋਈ ਵੀ ਜਿਹੜਾ ਪਾਣਾ ਹੈ ਉਹ ਦੁਨੀਆ 'ਚ ਕਿਤੇ ਵੀ ਨਾ ਵਾਪਰੇ ਕਿਤੇ ਖੈਰ ਪ੍ਰਾਈਮ ਔਮਨ ਦੇ ਰਸਮੀ ਤੌਰ ਤੇ ਆਪਾਂ ਸ਼ੁਰੂਆਤ ਕਰਦੇ ਆਂ ਦੇਖੋ ਗੱਲ ਇਹ ਹੈ ਵੀ ਜ਼ਿੰਦਗੀ ਦੇ ਵਿੱਚ ਉਤਾਰ ਚੜਾਅ ਤਾਂ ਆਉਂਦੇ ਹੀ ਰਹਿੰਦੇ ਨੇ ਹੋਣੇ ਚਾਹੀਦੇ ਵੀ ਨੇ ਔਰ ਜਿੱਥੇ ਅਸੀਂ ਅੱਜ ਦਿਲ ਤਾਂ ਨਹੀਂ ਸੀ ਕਰ ਰਿਹਾ ਖੈਰ ਇਸ ਗੱਲ ਨੂੰ ਸਾਂਝਾ ਕਰਨ ਦੇ ਲਈ ਕਿਉਂਕਿ ਮੈਂ ਜਿਵੇਂ ਦੱਸਿਆ ਵੀ ਸ਼ੁਰੂਆਤ ਹੀ ਆਪਾਂ ਇਦਾਂ ਦੀ ਕੀਤੀ ਹੈ ਪਰ ਜੋ ਇਤਿਹਾਸ ਹੈ ਉਹ ਤਾਂ ਇਤਿਹਾਸ ਹੀ ਹੈ ਜੀ ਜੀ ਔਰ ਅੱਜ ਇਹ ਕਹੋ ਜੀ ਔਰਤ ਦੀ ਆਪਾਂ ਗੱਲ ਕਰਨੀ ਹੈ ਜਿਹੜੀ ਔਰਤ ਨੇ ਇਤਿਹਾਸ ਦੇ ਪੰਨਿਆਂ ਦੇ ਉੱਪਰ ਬਹੁਤ ਕੁਝ ਲਿਖ ਦਿੱਤਾ ਜਿਹਦਾ ਨਾ ਇਤਿਹਾਸ ਦੇ ਪੰਨਿਆਂ ਤੇ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਗਿਆ ਉਹ ਨੇ ਪੰਡਿਤਾ ਰਮਾਬਾਈ ਅੱਛਾ ਜੀ ਅੱਜ ਤੱਕ ਪੰਡਤ ਬਹੁਤ ਸੁਨੇ ਹੋਣਗੇ ਤੁਸੀਂ ਪੰਡਤ ਉਹਨਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਬਹੁਤ ਗਿਆਨੀ ਹੋ ਮੇਰਾ ਵੀ ਧਿਆਨ ਉਸ ਸ਼ਬਦ ਵੱਲ ਗਿਆ ਸੀ ਵੀ ਇਹ ਸ਼ਬਦ ਪਹਿਲੀ ਵਾਰ ਹੀ ਸੁਣਿਆ ਜੀ ਇਹ ਇਹਨਾਂ ਦੇ ਨਾਂ ਦੇ ਨਾਲ ਹੀ ਪਹਿਲੀ ਵਾਰੀ ਲੱਗਿਆ ਕੀ ਬਾਤ ਹੈ ਪੰਡਤ ਸ਼ਬਦ ਜਿਹੜਾ ਹੈ ਉਹ ਬਹੁਤ ਗਿਆਨੀ ਬਹੁਤ ਸਿਆਣੇ ਬਹੁਤ ਪੜੇ ਲਿਖੇ ਦੇ ਨਾਲ ਲਾਇਆ ਜਾਂਦਾ ਔਰ ਇਹ ਪੰਡਿਤਾ ਨੇ ਤੇ ਇਹਦਾ ਮਤਲਬ ਇਹੀ ਹੈ ਕਿ ਇਹ ਵੀ ਬਹੁਤ ਪੜੇ ਲਿਖੇ ਤੇ ਬਹੁਤ ਕਹ ਲੋ ਵੀ ਸਿਆਣੀ ਇੱਕ ਔਰਤ ਸੀ ਹੈ ਨਾ ਗਿਆਨੀ ਔਰਤ ਸੀ ਇਹਨਾਂ ਦਾ ਅੱਜ ਜਨਮ ਦਿਨ ਹੈ ਕੁਸਮ ਜੀ ਉਹ ਮੈਂ ਇਹਨਾਂ ਦੀ ਕਹਾਣੀ ਪੜ੍ਹੀ ਇਹਨਾਂ ਦੇ ਕੀਤੇ ਹੋਏ ਕੰਮਾਂ ਦੇ ਬਾਰੇ ਵਿੱਚ ਪੜਿਆ ਤੇ ਫਿਰ ਆਪ ਮੁਹਾਰੇ ਦਿਲ ਕੀਤਾ ਵੀ ਇਹਨਾਂ ਦੇ ਬਾਰੇ ਵਿੱਚ ਜ਼ਰੂਰ ਸਾਂਝ ਪਾਈ ਜਾਏ ਜੀ ਜ਼ਰੂਰ ਸਾਂਝੀਆਂ ਕਰੋ ਉਹਨਾਂ ਦੀਆਂ ਗੱਲਾਂ ਵੀ ਕੀ ਕੀ ਉਹਨਾਂ ਨੇ ਪੂਰਨੇ ਪਾਇਆ ਪਹਿਲਾਂ ਮੈਂ ਚਾਹੁੰਦੀ ਆ ਵੀ ਕੁਝ ਕੁ ਜਿਵੇਂ ਫਟਾਫਟ ਵਾਲੀਆਂ ਗੱਲਾਂ ਨੇ ਉਹ ਜ਼ਰੂਰ ਤੁਹਾਨੂੰ ਦੱਸ ਦਿਆਂ ਜਿਨ੍ਹਾਂ ਦੀ ਮੈਂ ਗੱਲ ਕੀਤੀ ਪੰਡਿਤ ਆਰਮਾ ਬਾਈ ਦੀ ਇਹਨਾਂ ਦਾ ਜਨਮ ਸਾਲ 1858 ਦੇ ਵਿੱਚ ਹੋਇਆ ਸੀ ਮਤਲਬ ਬਹੁਤ ਪੁਰਾਣੀ ਗੱਲ ਹੈ ਔਰ ਅੱਜ ਦੇ ਦਿਨ ਇਹਨਾਂ ਦਾ ਜਨਮ ਹੋਇਆ ਸੀ ਤੇ ਇਹ ਅਕਸਰ ਹੀ ਅਕਸਰ ਕੀ ਸ਼ੁਰੂਆਤ ਹੀ ਖਿਆਰ ਇਹਨਾਂ ਨੇ ਕੀਤੇ ਔਰਤਾਂ ਦੇ ਅਧਿਕਾਰ ਜਿਹੜੇ ਕਹ ਲਓ ਵੀ ਉਹਨਾਂ ਦੀ ਸਿੱਖਿਆ ਨੂੰ ਲੈ ਕੇ ਕੰਮ ਜਿਹੜੇ ਨੇ ਉਹਨਾਂ ਦੀ ਸ਼ੁਰੂਆਤ ਇਹਨਾਂ ਵੱਲੋਂ ਕੀਤੀ ਗਈ ਸੀ ਜੀ 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 ਉਸ ਤੋਂ ਬਾਅਦ ਜਿਨ੍ਹਾਂ ਨੇ ਮੁਕਤੀ ਮਿਸ਼ਨ ਸ਼ੁਰੂ ਕੀਤਾ ਸੀ ਇਹ ਜਿਹੜਾ ਮੁਕਤੀ ਮਿਸ਼ਨ ਸੀ ਇਹ ਜਿਹੜੀਆਂ ਠੁਕਰਾਈਆਂ ਗਈਆਂ ਔਰਤਾਂ ਸੀਗੀਆਂ ਚਾਹੇ ਉਹ ਵਿਡੋ ਸੀ ਚਾਹੇ ਉਹ ਅਨਾਥ ਸੀ ਚਾਹੇ ਉਹ ਚਾਈਲਡ ਮੈਰਿਜ ਦਾ ਕਰਕੇ ਸੀ ਹਨਾ ਬਾਲ ਵਿਆਹਾਂ ਦਾ ਕਰਕੇ ਜਿਹੜੀਆਂ ਔਰਤਾਂ ਵਿਚਾਰੀਆਂ ਜਿਨ੍ਹਾਂ ਨੂੰ ਠੁਕਰਾ ਦਿੱਤਾ ਗਿਆ ਸੀ ਸਮਾਜ ਦੇ ਵੱਲੋਂ ਉਹਨਾਂ ਔਰਤਾਂ ਦੇ ਲਈ ਤੇ ਬੱਚਿਆਂ ਦੇ ਲਈ ਇਹ ਇੱਕ ਟਿਕਾਣਾ ਸੀ ਮੁਕਤੀ ਮਿਸ਼ਨ ਔਰ ਬੰਬੇ ਦੇ ਵਿੱਚ 20 ਕੁੜੀਆਂ ਦੇ ਨਾਲ ਇਹਦੀ ਸ਼ੁਰੂਆਤ ਕੀਤੀ ਗਈ ਸੀ ਜਦੀ ਗਿਣਤੀ ਹੌਲੀ 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 ਸਮੇਂ ਦੇ ਨਾਲ ਵਧਦੀ ਗਈ ਉਸ ਤੋਂ ਬਾਅਦ ਇਹ ਸੰਸਕ੍ਰਿਤ ਦੀ ਵਿਦਵਾਨ ਸੀ अच्छा इसलिए ਇਹਨਾਂ ਦੇ ਨਾਮ ਦੇ ਨਾਲ ਪੰਡਤਾ ਲੱਗਿਆ ਸੀ। ਕੀ ਬਾਤ ਹੈ। ਔਰ ਇਹਨਾਂ ਦੇ ਨਾਮ ਦੇ ਨਾਲ ਪਹਿਲਾਂ ਵੈਸੇ ਨਾ ਜਿਹੜਾ ਨਾਮ ਹੈ ਉਹ ਕੁਝ ਹੋਰ ਸੀ ਪਰ ਜਦੋਂ ਪੜ੍ਹਾਈ ਲਿਖਾਈ ਕਰਕੇ ਅੱਗੇ ਵਧੇ ਕਿਉਂਕਿ ਇਹਨਾਂ ਦੇ ਪਿਤਾ ਜੀ ਨੇ ਬਹੁਤ ਜ਼ਿਆਦਾ ਇਹਨਾਂ ਦੇ ਸਪੋਰਟ ਕੀਤੀ ਉਹ ਵੀ ਇੱਕ ਬਹੁਤ ਪੜ੍ਹੇ ਲਿਖੇ ਸੁਝਵਾਨ ਇਨਸਾਨ ਸੀ ਤੇ ਉਹਨਾਂ ਨੇ ਹੀ ਆਪਣੀ ਬੇਟੀ ਤੇ ਆਪਣੀ ਪਤਨੀ ਨੂੰ ਸੰਸਕ੍ਰਿਤ ਦਾ ਗਿਆਨ ਦਿੱਤਾ ਸੀ। ਮੈਂ ਇਹੀ ਸਵਾਲ ਮੇਰੇ ਮਨ ਦੇ ਵਿੱਚ ਆ ਰਿਹਾ ਸੀ ਤੇ ਸ਼ਾਇਦ ਤੁਸੀਂ ਮੇਰੀ ਮਨ ਦੀ ਗੱਲ ਸੁਣ ਲਈ ਕਿ ਮੈਂ ਇਹੀ ਜਾਣਨਾ ਚਾਹੁੰਦੀ ਸੀਗੀ ਵੀ ਇਹ ਪ੍ਰੇਰਣਾ ਕਿੱਥੋਂ ਮਿਲੀ ਕਿੱਥੋਂ ਉਸ ਜ਼ਮਾਨੇ ਇਹਦੇ ਵਿੱਚ ਇਸ ਔਰਤ ਨੇ ਇਹਨਾਂ ਕੰਮ ਕੀਤਾ ਉਹ ਪ੍ਰੇਰਣਾ ਸਰੋਤ ਇਹਨਾਂ ਦੇ ਪਿਤਾ ਜੀ ਸੀ ਜੀ ਉਹ ਵੀ ਸਕਾਲਰ ਸਿਗੇ ਤੇ ਉਹਨਾਂ ਨੇ ਹੀ ਆਪਣੀ ਬੇਟੀ ਨੂੰ ਆਪਣੀ ਪਤਨੀ ਨੂੰ ਸੰਸਕ੍ਰਿਤ ਦਾ ਗਿਆਨ ਦਿੱਤਾ ਸੀ ਤੇ ਆਪਾਂ ਇਹ ਕਹਿ ਸਕਦੇ ਹਾਂ ਵੀ ਉਹਨਾਂ ਦੀ ਬਦੌਲਤ ਹੀ ਇਹਨਾਂ ਦੇ ਨਾਂ ਦੇ ਨਾਲ ਪੰਡਿਤਾ ਲਫ਼ਜ਼ ਜਿਹੜਾ ਹੈ ਉਹ ਲੱਗਿਆ ਉਸ ਤੋਂ ਬਾਅਦ ਵਿੱਚ ਇਹਨਾਂ ਨੇ ਆਰਐਮ ਮਹਿਲਾ ਸਮਾਜ ਦੇ ਜ਼ਰੀਏ ਜਿਹੜੀਆਂ ਉੱਚ ਜਾਤੀ ਦੀਆਂ ਔਰਤਾਂ ਸੀ ਜਿਵੇਂ ਬ੍ਰਾਹਮਣ ਹੋ ਗਈਆਂ ਹੈਨਾ ਉੱਚ ਜਾਤੀ ਦੀਆਂ ਹਿੰਦੂ ਔਰਤਾਂ ਸੀ ਜਿਹੜੀਆਂ ਉਹਨਾਂ ਦੇ ਲਈ ਤੇ ਜਿਹੜੀਆਂ ਕੁੜੀਆਂ ਨੇ ਉਹਨਾਂ ਦੀ ਸਿੱਖਿਆ ਦੇ ਲਈ ਪੂਰੀ ਤਰ੍ਹਾਂ ਨਾਲ ਕੋਸ਼ਿਸ਼ਾਂ ਇਹਨਾਂ ਨੇ ਜਟੋਣੀਆਂ ਸ਼ੁਰੂ ਕੀਤੀ ਕਿ ਤੁਹਾਨੂੰ ਪਤਾ ਹੈ ਉਸ ਵੇਲਿਆਂ ਦੇ ਵਿੱਚ ਜਿਹੜੀਆਂ ਉੱਚ ਜਾਤੀ ਦੀਆਂ ਔਰਤਾਂ ਉਹਨਾਂ ਨੂੰ ਕਿਸ ਤਰੀਕੇ ਰੱਖਿਆ ਜਾਂਦਾ ਸੀ ਵੀ ਤੁਸੀਂ ਬਾਹਰ ਨਹੀਂ ਜਾ ਸਕਦੇ ਇੱਕ ਘਰੇਲੂ ਮਾਹੌਲ ਹੀ ਹੈ ਹੈਨਾ ਫਿਰ ਆ ਚੂਚਛਾਤ ਦਾ ਬਹੁਤ ਚੱਕਰ ਹੁੰਦਾ ਸੀ ਪਰ ਇਹਨਾਂ ਨੇ ਉਹਨਾਂ ਜ਼ਮਾਨਿਆਂ ਦੇ ਵਿੱਚ ਉਹਨਾਂ ਔਰਤਾਂ ਦੀ ਪੜ੍ਹਾਈ ਲਿਖਾਈ ਦੇ ਲਈ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਸ਼ੁਰੂ ਕਰ ਦਿੱਤੀ ਤੁਸੀਂ ਜਿਹੜੀ ਉੱਚ ਘਰਾਣਿਆਂ ਦੀਆਂ ਔਰਤਾਂ ਦੀ ਗੱਲ ਕੀਤੀ ਮੈਨੂੰ ਕਈ ਵਾਰੀ ਲੱਗਦਾ ਹੁੰਦਾ ਵੀ ਜਿਹੜੀਆਂ ਮਿਡਲ ਕਲਾਸ ਦੀਆਂ ਔਰਤਾਂ ਨੇ ਨਾ ਉਹਨਾਂ ਨੂੰ ਕਈ ਵਾਰੀ ਇਹ ਲੱਗਦਾ ਹੁੰਦਾ ਵੀ ਜਿਹੜੀਆਂ ਉੱਚ ਘਰਾਣਿਆਂ ਦੀਆਂ ਔਰਤਾਂ ਨੇ ਅੱਜ ਵੀ ਉਸ ਜ਼ਮਾਨੇ ਦੇ ਵਿੱਚ ਤਸੀ ਹੀ ਅੱਜ ਵੀ ਉਹਨਾਂ ਨੂੰ ਲੱਗਦਾ ਹੁੰਦਾ ਕੋਸ਼ਾ ਇਹਨਾਂ ਦੇ ਸਾਰੇ ਸੁਪਨੇ ਪੂਰੇ ਹੋ ਚੁੱਕੇ ਨੇ ਇਹਨਾਂ ਨੇ ਆਪਣੀਆਂ ਸਾਰੀਆਂ ਸਦਰਾ ਪੂਰੀਆਂ ਕਰ ਲਈਆਂ ਨੇ ਇਹ ਆਪਣੇ ਆਪ ਦੇ ਵਿੱਚ ਸੰਤੁਸ਼ਟ ਨੇ ਪਰ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਵੀ ਜਿਹੜੀਆਂ ਉਹਨਾਂ ਔਰਤਾਂ ਦੀਆਂ ਵੀ ਅਧੂਰੀਆਂ ਰਹਿ ਗਈਆਂ ਹੁੰਦੀਆਂ ਨੇ ਸੋ ਜਦੋਂ ਅਸੀਂ ਦੇਖਦੇ ਹਾਂ ਵੀ ਮਿਡਲ ਕਲਾਸ ਜਿਹੜੀਆਂ ਫੈਮਲੀਆਂ ਦੀਆਂ ਔਰਤਾਂ ਨੇ ਉਹ ਇਹ ਸੋਚਦੀਆਂ ਹੁੰਦੀਆਂ ਵੀ ਪਤਾ ਨਹੀਂ ਸਾਡੇ ਨਾਲ ਹੀ ਇਹ ਹੋ ਰਿਹਾ ਪਰ ਮੈਨੂੰ ਲੱਗਦਾ ਹੈ ਕਿ ਸਭ ਤੋਂ ਜ਼ਿਆਦਾ ਜੇ ਕੋਈ ਸੰਤਾਪ ਚੱਲਦਾ ਹੈ ਤਾਂ ਇਹ 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 ਉਹ ਉਹਨਾਂ ਇਹ ਔਰਤਾਂ ਵੀ ਨੇ ਜਿਹੜੀਆਂ ਉੱਚ ਘਰਾਣੇ ਦੀਆਂ ਔਰਤਾਂ ਨਹੀਂ ਔਰ ਇਹ ਇਹ ਕਦੇ ਵੀ ਇਹ ਅਸੀਂ ਨਹੀਂ ਕਹਿ ਸਕਦੇ ਵੀ ਇਹਨਾਂ ਨਾਲ ਉਦਾਂ ਦਾ ਡਿਸਕ੍ਰਿਮੀਨੇਸ਼ਨ ਨਹੀਂ ਹੁੰਦਾ ਜੀ ਬਿਲਕੁਲ ਸਹੀ ਹੈ ਔਰ ਉਸ ਤੋਂ ਬਾਅਦ ਤੁਸੀਂ ਇਹ ਵੇਖੋ ਕਿ ਪੱਡਿਤਾਰਾਮਾ ਬਾਈ ਸੱਤ ਭਾਸ਼ਾਵਾਂ ਜਾਣਦੇ ਸੀ ਕੀ ਬਾਤ ਹੈ ਸੈਵਨ ਲੈਂਗੁਏਜ ਬਹੁਤ ਖੂਬ ਔਰ ਉਸ ਦੇ ਇਲਾਵਾ ਉਹਨਾਂ ਨੇ ਆਪਣਾ ਧਰਮ ਪਰਿਵਰਤਨ ਕਰਕੇ ਤੇ ਉਹ ਇਸਾਈ ਬਣ ਗਏ ਸੀ ਤੇ ਉਹਨਾਂ ਨੇ ਬਾਈਬਲ ਦਾ ਅਨੁਵਾਦ ਆਪਣੀ ਜਿਹੜੀ ਮਾਤ ਭਾਸ਼ਾ ਹੈ ਮਰਾਠੀ ਉਹਦੇ ਵਿੱਚ ਬਾਈਬਲ ਦਾ ਅਨੁਵਾਦ ਕੀਤਾ ਸੀ ਬਹੁਤ ਖੂਬ ਔਰ ਸਾਲ 1919 ਦੇ ਵਿੱਚ ਬ੍ਰਿਟਿਸ਼ ਸਰਕਾਰ ਨੇ ਉਹਨਾਂ ਨੂੰ ਕੈਸਰੇ ਹਿੰਦ ਉਸ ਅਵਾਰਡ ਨਾਲ ਸਨਮਾਨਿਆ ਸੀ ਕੈਸਰੇ ਹਿੰਦ ਜਿਹੜਾ ਅਵਾਰਡ ਹੈ ਇਹ ਕਹਿੰਦੇ ਕਿ 1900 ਤੋਂ 1947 ਦੇ ਵਿੱਚ ਜੇ ਗੱਲ ਕੀਤੀ ਜਾਏ ਤਾਂ ਉਸ ਵੇਲੇ ਜਿਹੜੇ ਕੋਈ ਐਮਪਰਰ ਹੁੰਦੇ ਸੀ ਐਮਪਰੇਸ ਹੁੰਦੀਆਂ ਸੀ ਉਹ ਇਸ ਅਵਾਰਡ ਨੂੰ ਉਹਨਾਂ ਔਰਤਾਂ ਨੂੰ ਜਾਂ ਉਹਨਾਂ ਲੋਕਾਂ ਨੂੰ ਉਹਨਾਂ ਬੰਦਿਆਂ ਨੂੰ ਨਾਲ ਦਿੱਤਾ ਜਾਂਦਾ ਸੀ ਉਹਨਾਂ ਨੂੰ ਨਵਾਜ਼ਿਆ ਜਾਂਦਾ ਸੀ ਜਿਹੜੇ ਕਿ ਸਮਾਜ ਦੇ ਲਈ ਲੋਕਾਂ ਦੇ ਲਈ ਜਿਨ੍ਹਾਂ ਨੇ ਕੋਈ ਉੱਚ ਦਰਜਾ ਦਾ ਕੰਮ ਕੀਤਾ ਹੁੰਦਾ ਸੀ ਸੋ ਪੰਡਿਤਾ ਰਮਾਬਾਈ ਦਾ ਜਿਹੜਾ ਜਨਮ ਹੈ ਉਹ ਐਸੀ ਗੰਗਾ ਮੋਲਾ ਇਹ ਇੱਕ ਜਗ੍ਹਾ ਹੈ ਕਰਨਾਟਕਾ ਦੇ ਵਿੱਚ ਉਸ ਦਾ ਦੇ ਜੰਮੇ ਹੋਏ ਨੇ ਔਰ ਕਰਕਲਾ ਤਾਲੁਕ ਇਹ ਉਸ ਸਟੇਟ ਦੇ ਵਿੱਚ ਇੱਕ ਜਗ੍ਹਾ ਜਿੱਥੇ ਜਿਹਦੇ ਵਿੱਚ ਆਪਾਂ ਕਹਿੰਦੇ ਗੰਗਾ ਮੂੜਾ ਇੱਕ ਥਾਂ ਹੈ ਜਿੱਥੇ ਇਹਨਾਂ ਦਾ ਜਨਮ ਹੋਇਆ ਸੀ ਔਰ ਇਹਨਾਂ ਨੇ ਔਰਤਾਂ ਲਈ ਵਾਕਈ ਬਹੁਤ ਜ਼ਿਆਦਾ ਸੰਘਰਸ਼ ਕੀਤਾ ਉਹਨਾਂ ਨੂੰ ਅੱਗੇ ਲੈ ਕੇ ਆਉਣ ਦੇ ਲਈ ਬਹੁਤ ਜ਼ਿਆਦਾ ਸੰਘਰਸ਼ ਕੀਤਾ ਔਰ ਇਹਨਾਂ ਨੇ ਕਿਤਾਬਾਂ ਵੀ ਲਿਖੀਆਂ ਕਿਉਂਕਿ ਪੜ੍ਹੇ ਲਿਖੇ ਸੀ ਬਹੁਤ ਜ਼ਿਆਦਾ ਔਰ ਇਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਜਿਦੇ ਵਿੱਚ ਸਭ ਤੋਂ ਪੌਪੂਲਰ ਇਹਨਾਂ ਦੀ ਬੁੱਕ ਰਹੀ ਹੈ ਦਾ ਹਾਈ ਕਾਸਟ ਇੰਡੀਅਨ ਔਰ ਇੱਕ ਕਿਤਾਬ ਜਿਹੜੀ ਹੈ ਇਹਨਾਂ ਨੇ ਲਿਖੀ ਸੀ ਔਰ ਉਹ ਬਹੁਤ ਚਰਚਾ ਦਾ ਵਿਸ਼ਾ ਰਹੀ ਜਿਹੜੀ ਕਿ ਜਿਹੜੀਆਂ ਬੱਚਿਆਂ ਦੀਆਂ ਸਮੱਸਿਆਵਾਂ ਨੇ ਕੁੜੀਆਂ ਦੀਆਂ ਸਮੱਸਿਆਵਾਂ ਨੇ ਜਾਂ ਜਿਹੜੀਆਂ ਬਾਲ ਵਿਆਹ ਦੀਆਂ ਕਹਿ ਲਓ ਸਮੱਸਿਆਵਾਂ ਨੇ ਔਰਤਾਂ ਨੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਕੇਂਦਰਿਤ ਕਰਕੇ ਇੱਕ ਕਿਤਾਬ ਜਿਹੜੀ ਉਹ ਲਿਖੀ ਗਈ ਸੀ ਔਰ ਇਹਨਾਂ ਨੇ ਇਹ ਕਿਤਾਬ ਡੈਡੀਕੇਟ ਕੀਤੀ ਸੀ ਅਨੰਦੀ ਬਾਈ ਹੋਰਾਂ ਨੂੰ ਤੁਹਾਨੂੰ ਯਾਦ ਹੋਵੇਗਾ ਡਾਕਟਰ ਨੰਦੀਬਾਈ ਜੋਸ਼ੀ ਅਸੀਂ ਗੱਲ ਕੀਤੀ ਸੀ ਉਹਨਾਂ ਦੀ ਜੀ ਜਿਹੜੇ ਕਿ ਡਾਕਟਰ ਸੀ ਪਹਿਲੀ ਮਹਿਲਾ ਡਾਕਟਰ ਸੀ ਉਹਨਾਂ ਨੂੰ ਇਹ ਡੈਡੀਕੇਟ ਕੀਤੀ ਸੀ ਇਹਨਾਂ ਨੇ ਕਿਤਾਬ ਔਰ ਇਸ ਕਿਤਾਬ ਦੇ ਵਿੱਚ ਇਸ ਬਾਰੇ ਚ ਚਰਚਾ ਕੀਤੀ ਗਈ ਸੀ ਮੈਨੂੰ ਲੱਗਦਾ ਹੁੰਦਾ ਹਰਮਨ ਜੀ ਦੇ ਇਤਿਹਾਸ ਦੇ ਵਿੱਚ ਜਿਹੜੀਆਂ ਗੱਲਾਂ ਹੁੰਦੀਆਂ ਨੇ ਉਹ ਸਾਡੇ ਵਰਤਮਾਨ ਤੇ ਵੀ ਪ੍ਰਭਾਵ ਪਾਉਂਦੀਆਂ ਨੇ ਤੇ ਭਵਿੱਖ ਦੇ ਵਿੱਚ ਵੀ ਉਹ ਕੋਈ ਵੀ ਬੰਦਾ ਜਿਹੜਾ ਬਣਦਾ ਮੈਨੂੰ ਲੱਗਦਾ ਉਹ ਉਹ ਪਹਿਲੇ ਜਨਮ ਦੇ ਵਿੱਚ ਹੀ ਨਹੀਂ ਬਣ ਜਾਂਦਾ ਉਹਦੇ ਪੜਦਾਦਿਆਂ ਨੇ ਕੀ ਕੀਤਾ ਸੀ ਦਾਦਿਆਂ ਨੇ ਕੀ ਕੀਤਾ ਸੀ ਹੁਣ ਉਹ ਕੀ ਕਰ ਰਿਹਾ ਉਹਦੇ ਵਿੱਚ ਇੱਕ ਸ਼ਖਸੀਅਤ ਜਿਹੜੀ ਆ ਉਹ ਉਹ ਡਵੈਲਪ ਹੁੰਦੀ ਰਹਿੰਦੀ ਆ ਉਹ ਹੁੰਦੀ ਰਹਿੰਦੀ ਜੇ ਇਹਨਾਂ ਨੇ ਉਹ ਹੱਕ ਦਿਵਾਉਣ ਦੇ ਲਈ ਕੰਮ ਕੀਤਾ ਤੇ ਉਹਦੇ ਰਿਜ਼ਲਟ ਸਾਨੂੰ ਅੱਜ ਜਿਹੜੇ ਇਹ ਕੰਮ ਹੋ ਰਹੇ ਨੇ ਔਰਤਾਂ ਦੇ ਲਈ ਉਹ ਉਹਦੇ ਰਿਜ਼ਲਟ ਵੀ ਇਹਨਾਂ ਦੇ ਵਿੱਚ ਸ਼ਾਮਿਲ ਨੇ ਜੀ ਵਾਕੇ ਕਿਉਂਕਿ ਸ਼ੁਰੂਆਤ ਤਾਂ ਕਿਤੋਂ ਕਰਨੀ ਪੈਂਦੀ ਆ ਨਾ ਮੰਜ਼ਲ ਤੱਕ ਪਹੁੰਚਣ ਦੇ ਲਈ ਮੰਜ਼ਲ ਚਾਹੇ ਹਾਲੇ ਤੱਕ ਨਹੀਂ ਮਿਲੀ ਪਰ ਰਸਤਾ ਜਿਹੜਾ ਰਾਹ ਹੈ ਸਰਗਰਸ਼ ਸਫਰ ਹੈ ਉਹ ਤਾਂ جاری ਹੈ ਉਹ جاری ਰਹੇਗਾ ਵੀ ਇਹਦੇ ਲਈ ਇਹਨਾਂ ਨੂੰ ਦੱਸ ਦੇਣੀ ਬਣਦੀ ਹੈ ਕਿ ਸ਼ੁਰੂਆਤ ਇਹਨਾਂ ਨੇ ਜ਼ਰੂਰ ਕੀਤੀ ਹੈ ਮਰਾਠੀ ਦੇ ਵਿੱਚ ਅਨੁਵਾਦ ਕੀਤਾ ਸਿਰਾਂ ਮਤਲ ਇਹਨਾਂ ਨੂੰ ਉਹ ਵੀ ਭਾਸ਼ਾ માં ਉਹ ਵੀ ਭਾਸ਼ਾ માં ਆਉਂਦੀ ਆ ਨਾ ਔਰ ਉਹਨਾਂ ਦਾ ਇਹਨਾਂ ਨੇ ਅਨੁਵਾਦ ਕੀਤਾ ਔਰ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਹਸਬੰਡ ਸੀ ਉਹਨਾਂ ਦੀ ਡੈਥ ਹੋ ਗਈ ਸੀ ਜਿਹਦੇ ਤੋਂ ਬਾਅਦ ਇਹ ਪੂਨੇ ਚਲੇ ਗਏ ਸੀ ਆਪਣੀ ਬੇਟੀ ਦੇ ਨਾਲ ਔਰ 1881 ਦੇ ਵਿੱਚ ਇਹਨਾਂ ਨੇ ਆਰਿਆ ਸਮਾਜ ਜਿਹੜਾ ਹੈ ਆਰਿਆ ਮਹਿਲਾ ਸਮਾਜ ਉਹਦਾ ਗਠਨ ਕੀਤਾ ਜਿਹੜੀ ਕਿ ਇੱਕ ਵਿਮਨ ਸੋਸਾਇਟੀ ਸੀ ਔਰ ਉਹਦੇ ਵਿੱਚ ਇਹਨਾਂ ਨੇ ਜਿਹੜੀ ਵਿਮਨ ਐਜੂਕੇਸ਼ਨ ਹੈ ਜਾਂ ਚਾਈਲਡ ਮੈਰਿਜ ਹੈ ਉਹਨੂੰ ਰੋਕਣ ਦੇ ਲਈ ਬਹੁਤ ਸਾਰੇ ਯਤਨ ਉਸ ਕਹੋ ਵੀ ਸੋਸਾਇਟੀ ਦੇ ਅੰਦਰ ਇਹ ਕਰਦੇ ਹੈ ਨੇ ਔਰ 1882 ਦੇ ਵਿੱਚ ਨਾ ਉਦੋਂ ਲਾਰਡ ਰਿਪਨਸ এডਿਕੇਸ਼ਨ ਕਮਿਸ਼ਨ ਅਪਾਇੰਟ ਕੀਤਾ ਗਿਆ ਸੀ ਕਿਉਂਕਿ ਗੋਰਿਆਂ ਦੇ ਵੇਲੇ ਦੀ ਗੱਲ ਹੈ ਤੇ ਉਦੋਂ ਉਸ ਕਮਿਸ਼ਨ ਜਦੋਂ ਅਪਾਇੰਟ ਕੀਤਾ ਗਿਆ ਤਾਂ ਇਹਨਾਂ ਨੇ ਇੱਕ ਪਟੀਸ਼ਨ ਪਾਈ ਸੀ ਜਿਸ ਦੇ ਵਿੱਚ ਇਹਨਾਂ ਨੇ ਗੱਲ ਕੀਤੀ ਸੀ ਵੂਮਨ এডਿਕੇਸ਼ਨ ਨੂੰ ਪ੍ਰਮੋਟ ਕਰਨ ਦੀ ਹੈਨਾ ਔਰ ਮੈਨੂੰ ਬੜਾ ਚੰਗਾ ਲੱਗਿਆ ਪੜ੍ਹ ਕੇ ਇਹਨਾਂ ਨੇ ਸੁਜੈਸ਼ਨਸ ਦਿੱਤੀਆਂ ਸੀ ਉਹਦੇ ਵਿੱਚ ਕਿ ਜਿਹੜੀਆਂ ਟੀਚਰਸ ਨੇ ਹੈਨਾ ਟ੍ਰੇਨਿੰਗ ਹੈ ਜਿਹੜੀ ਟੀਚਰਸ ਦੀ ਉਹ ਤੇ ਉਸ ਦੇ ਇਲਾਵਾ ਜਿਹੜੀਆਂ ਵੂਮਨ ਸਕੂਲ ਇਨਸਪੈਕਟਰਸ ਆ ਉਹਨਾਂ ਦੀ ਨਿਯੁਕਤੀ ਹੋਣੀ ਚਾਹੀਦੀ ਹੈ। ਕੀ ਬਾਤ ਤਾਂ ਜੋ ਜਿਹੜੀਆਂ ਕੁੜੀਆਂ ਪੜਨ ਲਈ ਆਉਣੀਆਂ ਹੋਰ ਜਿਹੜੀਆਂ ਔਰਤਾ ਕੰਮ ਕਰਨ ਦੇ ਲਈ ਆਉਣ ਉਹਨਾਂ ਨੂੰ ਥੋੜਾ ਸਹਿਜ ਮਹਿਸੂਸ ਹੋਵੇ। ਉਸ ਤੋਂ ਬਾਅਦ ਇਹਨਾਂ ਨੇ ਇਵਨ ਇਹ ਵੀ ਆਰਗੂਮੈਂਟ ਕੀਤਾ ਸੀ ਕਿ ਜੇ ਆਪਾਂ ਸੋਸ਼ਲ এনवायरमेंट ਦੀ ਗੱਲ ਕਰੀਏ ਤਾਂ ਉਹਦੇ ਵਿੱਚ ਜਿਹੜੀਆਂ ਔਰਤਾਂ ਨੇ ਉਹਨਾਂ ਦਾ ਮੈਡੀਕਲ ਟਰੀਟਮੈਂਟ ਔਰਤ ਡਾਕਟਰ ਵੱਲੋਂ ਹੀ ਕੀਤਾ ਜਾਣਾ ਚਾਹੀਦਾ। ਬਿਲਕੁਲ ਵਾਜਬ ਗੱਲ ਹੈ। ਹੈਨਾ ਉਦੋਂ ਇਹਨਾਂ ਨੇ ਇਹ ਗੱਲ ਚੱਕੀ ਸੀ ਔਰ ਇਹ ਗੱਲ ਜਿਹੜੀ ਹੈ ਇਹਨੇ ਬੜੀ ਦੂਰ ਤਾਈ ਮਾਰ ਕੀਤੀ ਸੀ ਇਵਨ ਗੋਰਿਆਂ ਦੇ ਘਰਾਂ ਤੱਕ ਵੀ ਇਹ ਜਿਹੜੀ ਵਿਚਾਰ ਹੈ ਇਹ ਗੱਲ ਹੈ ਜਿਹੜੀ ਉਹ ਪਹੁੰਚੀ ਸੀ ਔਰ ਫਿਰ ਇੰਡੀਆ ਦੇ ਵਿੱਚ ਵੀ ਇਹ ਗੱਲ ਜਿਹੜੀ ਉਹ ਘਰ ਘਰ ਤੱਕ ਪਹੁੰਚੀ ਸੀ ਜੀ ਇਹਨਾਂ ਬਾਰੇ ਮੈਨੂੰ ਲੱਗਦਾ ਕੁਝ ਗੱਲਾਂ ਹੋਰ ਬਾਜੀ ਜੀ ਪਰ ਉਹ ਆਪਾਂ ਵਕਫੇ ਤੋਂ ਬਾਅਦ ਕਰਦੇ ਹਾਂ ਇੱਕ ਲੈਣੀਆਂ ਛੋਟਾ ਜਿਹਾ ਵਕਫਾ ਵਕਫੇ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਕਰਦੇ ਆਂ ਜੀ ਪ੍ਰਾਈਮ ਏਸ਼ੀਆ ਟੀਵੀ ਤੇ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਪ੍ਰਾਈਮ ewomen ਔਰ ਅਸੀਂ ਇਹ ਗੱਲਬਾਤ ਕਰ ਰਹੇ ਸੀ ਪੰਡਿਤਾ ਰਮਾਬਾਈ ਬਾਰੇ ਜੀ ਔਰ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਘਰ ਘਰ ਦੇ ਵਿੱਚ ਇਹਨਾਂ ਦੀ ਚਰਚਾ ਹੋਣ ਲੱਗ ਗਈ ਔਰ ਇਹ ਜਿਹੜੀ ਖਬਰ ਸੀ ਕਿ ਇਹਨਾਂ ਨੇ ਕਿਹਾ ਵੀ ਇੱਕ ਔਰਤ ਜਿਹੜੀ ਕਹਿ ਲਓ ਵੀ ਡਾਕਟਰ ਹੈ ਉਹਦੇ ਤੋਂ ਹੀ ਔਰਤਾਂ ਦਾ ਇਲਾਜ ਹੋਣਾ ਚਾਹੀਦਾ ਇਹ ਖਬਰ ਕুইਨ ਵਿਕਟੋਰੀਆ ਤੱਕ ਲੰਡਨ ਦੇ ਵਿੱਚ ਵੀ ਪਹੁੰਚ ਗਈ ਸੀ ਔਰ ਉਹਦੇ ਤੋਂ ਜਲਦੀ ਬਾਅਦ ਹੀ ewomenਜ਼ ਮੈਡੀਕਲ ਮੂਵਮੈਂਟ ਜਿਹੜੀ ਹੈ ਉਹ ਸ਼ੁਰੂ ਕੀਤੀ ਗਈ ਸੀ ਲੇਡੀ ਡਫਰਨ ਵੱਲੋਂ ਵਾਹ ਜੀ ਔਰ ਤੁਸੀਂ ਇਹ ਵੇਖੋ ਇਹਨਾਂ ਨੇ ਆਪਣਾ ਮੈਸੇਜ ਸਪਰੈਡ ਕਰਨ ਦੇ ਲਈ ਇੰਡੀਆ ਦੇ ਵਿੱਚ ਅਲੱਗ-ਅਲੱਗ ਥਾਵਾਂ ਦੇ ਉੱਪਰ ਸਫ਼ਰ ਕਰਦੇ ਰਹੇ ਨੇ ਵਿਦੇਸ਼ਾਂ ਦੇ ਵਿੱਚ ਵੀ ਸਫ਼ਰ ਕਰਦੇ ਰਹੇ ਨੇ ਔਰ ਮੈਨੂੰ ਬੜੀ ਖੁਸ਼ੀ ਹੋਈ ਪੜ੍ਹ ਕੇ ਕਿ ਇਹਨਾਂ ਨੇ 1883 ਦੇ ਵਿੱਚ ਇੰਗਲੈਂਡ ਵਿਜ਼ਿਟ ਕੀਤਾ ਆਪਣੀ ਮੈਡੀਕਲ ਟ੍ਰੇਨਿੰਗ ਦੀ ਸ਼ੁਰੂਆਤ ਦੇ ਲਈ ਔਰ ਇਹਨਾਂ ਜਦੋਂ ਇਹ ਯੂਕੇ ਦੇ ਵਿੱਚ ਸੀਗੇ ਤੇ ਉਦੋਂ ਹੀ ਇਹ 크ਰਿਸਚੀਅਨਿਟੀ ਚ ਕਨਵਰਟ ਹੋਈ ਸੀ ਪਰ ਖੁਸ਼ੀ ਦੀ ਗੱਲ ਇਹ ਹੈ ਕਿ ਇਹ 1886 ਦੇ ਵਿੱਚ ਯੂਨਾਈਟਿਡ ਸਟੇਟਸ ਗਏ ਯੂਕੇ ਤੋਂ ਕਿਉਂਕਿ ਉੱਥੇ ਗ੍ਰੈਜੂਏਸ਼ਨ ਸੀ ਡਾਕਟਰ ਅਨੰਦੀ ਬਾਈ ਜੋਸ਼ੀ ਦੀ ਓਕੇ ਉਹਨੂੰ ਅਟੈਂਡ ਕਰਨ ਦੇ ਲਈ ਉੱਥੇ ਗਏ ਹਨਾ ਮਤਲਬ ਇਹ ਉਸ ਚੀਜ਼ ਦੇ ਵੀ ਗਵਾਹ ਸੀ ਜਿਨ੍ਹਾਂ ਨੇ ਪਹਿਲੀ ਔਰਤ ਨੂੰ ਡਾਕਟਰ ਬਣਦਿਆਂ ਵੇਖਿਆ ਸੀ ਮਤਲਬ ਅਸੀਂ ਇਹਨਾਂ ਨੇ ਜਿਹੜਾ ਸਫ਼ਰ ਸ਼ੁਰੂ ਕੀਤਾ ਸੀਗਾ ਉਹਦੇ ਨਤੀਜੇ ਆਉਂਦੇ ਵੀ ਇਹਨਾਂ ਨੇ ਆਪਣੇ ਅੱਖੀ ਵੇਖੇ ਇਹ ਬਹੁਤ ਚੰਗੀ ਗੱਲ ਹੈ ਔਰ ਇਹਨਾਂ ਬਾਰੇ ਮੈਂ ਨਾਮ ਸ਼ਾਇਦ ਜ਼ਰੂਰ ਸੁਣਿਆ ਸੀ ਕਿਤਨੇ ਕਿਤੇ ਪਰ ਇਹਨਾਂ ਬਾਰੇ ਇੰਨੀ ਜਾਣਕਾਰੀ ਮੈਨੂੰ ਵੀ ਨਹੀਂ ਸੀਗੀ ਔਰ ਬਹੁਤ ਸਾਰੇ ਦਰਸ਼ਕਾਂ ਨੂੰ ਇਹ ਜਾਣਕਾਰੀ ਨਹੀਂ ਸੀ ਮੈਂ ਥੋੜਾ ਸ਼ੁਕਰੀਆ ਕਰਦੀ ਹਾਂ ਕਿ ਤੁਸੀਂ ਇਹ ਜਾਣਕਾਰੀ ਸਾਡੇ ਨਾਲ ਸਾਂਝੀ ਕਰ ਰਹੇ ਹੋ ਔਰ ਬਹੁਤ ਚੰਗਾ ਲੱਗ ਰਿਹਾ ਜੀ ਬੜੀ ਡੂੰਗੀ ਜਾਣਕਾਰੀ ਸੀ ਇਸੇ ਲਈ ਮੈਂ ਲਿਖ ਕੇ ਲੈ ਕੇ ਆਈ ਹਾਂ ਵੀ ਫਟਾਫਟ ਹੈ ਨਾ ਵੀ ਕੋਈ ਵੀ ਚੂਕ ਨਾ ਹੋ ਜਵੇ ਕੋਈ ਵੀ ਗੱਲ ਜਿਹੜੀ ਰਹਿ ਨਾ ਜਾਵੇ ਸੋ ਖੈਰ ਆਪਾਂ ਇਸੇ ਗੱਲ ਨੂੰ ਅੱਗੇ ਤੋਰੀਏ ਅਸਲ ਦੇ ਵਿੱਚ ਇਹਨਾਂ ਦੇ ਕੰਮ ਜੇ ਮੈਂ ਗਿਣੌਣ ਲੱਗਾ ਤਾਂ ਮੈਨੂੰ ਲੱਗਦਾ ਵੀ ਇੱਕ ਪ੍ਰੋਗਰਾਮ ਜਿਹੜਾ ਉਹ ਥੋੜਾ ਹੈ ਕਿਉਂਕਿ ਬਹੁਤ ਸਾਰੇ ਕੰਮ ਇਹਨਾਂ ਨੇ ਕੀਤੇ ਪਰ ਚਲੋ ਆਪਾਂ ਗੱਲ ਨੂੰ ਸਮੇਟਦੇ ਹਾਂ ਇੱਥੇ ਇਹਨ ਉੱਪਰ ਜਾ ਕੇ ਉਸੇ ਔਰਤਾਂ ਦੇ ਕਹਿ ਲੋ ਵੀ ਹੱਕਾਂ ਨੂੰ ਲੈ ਕੇ ਪੜ੍ਹਾਈ ਨੂੰ ਲੈ ਕੇ ਚਾਈਲਡ ਮੈਰਿਜ ਨੂੰ ਲੈ ਕੇ ਹਮੇਸ਼ਾ ਹੀ ਸੁਨੇਹੇ ਦਿੰਦੇ ਰਹੇ ਨੇ ਔਰ ਇਸ ਵੇਲੇ ਜੇ ਪ੍ਰੈਜੈਂਟ ਦੀ ਆਪਾਂ ਗੱਲ ਕਰੀਏ ਵੈਸੇ ਤਾਂ ਜਦੋਂ ਇਹਨਾਂ ਨੇ ਮੁਕਤੇ ਮਿਸ਼ਨ ਸਟਾਰਟ ਕੀਤਾ ਤੇ ਉਸ ਤੋਂ ਬਾਅਦ ਹੀ 1900 ਤੱਕ ਜੇ ਉਦੋਂ ਦੀ ਗੱਲ ਕੀਤੀ ਜਾਏ ਉਸ ਸੰਨ ਦੀ ਤਾਂ 1500 ਤੋਂ ਜ਼ਿਆਦਾ ਰੈਜ਼ਿਡੈਂਟਸ ਇਹਨਾਂ ਕੋਲ ਸਿਗੇ ਉਸ ਮਿਸ਼ਨ ਦੇ ਤਹਿਤ ਹੈ ਨਾ ਔਰ ਅੱਜ ਵੀ ਇਹ ਜਿਹੜਾ ਮਿਸ਼ਨ ਹੈ ਉਹ ਐਕਟਿਵ ਹੈ ਜਿਹੜਾ ਕਿ ਬਹੁਤ ਸਾਰੇ ਜਿਹੜੇ ਅਨਾਥ ਬੱਚੇ ਨੇ ਜਿਹੜੇ ਨੀਡੀ ਲੋਕ ਨੇ ਜ਼ਰੂਰਤਮੰਦ ਲੋਕ ਨੇ ਜਿਹੜੇ ਕਿ ਹੋਰ ਔਰਤਾਂ ਨੇ ਜਿਹੜੀਆਂ ਹਨਾ ਜਾਂ ਵਿਡੋਜ਼ ਨੇ ਚਾਈਲਡ ਮੈਰਿਜ ਦਾ ਕਰਕੇ ਜਿਹੜੀਆਂ ਔਰਤਾਂ ਦੁਖੀ ਨੇ ਜਾਂ ਹੋਰ ਜਿਨ੍ਹਾਂ ਵੀ ਲੋਕਾਂ ਨੂੰ ਲੋੜ ਹੈ ਉਹਨਾਂ ਦੇ ਲਈ ਅੱਜ ਵੀ ਇਹ ਮਿਸ਼ਨ ਉਹਨਾਂ ਨੂੰ ਮੈਡੀਕਲ ਸਰਵਿਸਿਜ਼ ਪ੍ਰੋਵਾਈਡ ਕਰਕੇ ਉਹਨਾਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰਕੇ ਜਾਂ ਹੋਰ ਜੋ ਜੋ ਚੀਜ਼ਾਂ ਉਹਨਾਂ ਨੂੰ ਚਾਹੀਦੀਆਂ ਨੇ ਉਹ ਸਾਰੀਆਂ ਜਿਹੜਾ ਪ੍ਰੋਵਾਈਡ ਕਰਕੇ ਉਹਨਾਂ ਦੀ ਮਦਦ ਅੱਜ ਵੀ ਕਰ ਰਿਹਾ ਹੈ। ਕੀ ਬਾਤ ਹੈ ਮਤਲਬ ਇੰਨੇ ਸਾਲਾਂ ਦਾ ਜਿਹੜਾ ਸੰਘਰਸ਼ ਆ ਇੰਨੇ ਸਾਲਾਂ ਦੀ ਜਿਹੜੀ ਮਿਹਨਤ ਆ ਉਹ ਰੰਗ ਲਿਆਈ ਔਰ ਹੱਲੇ ਵੀ ਉਹ ਕੰਮ ਚੱਲ ਰਿਹਾ ਹੈ ਔਰ ਨਾਮ ਉਹਨਾਂ ਦਾ ਹੀ ਹੁੰਦਾ ਵੀ ਜਿਨ੍ਹਾਂ ਨੇ ਕੋਈ ਕੰਮ ਕੀਤਾ ਹੁੰਦਾ ਇਤਿਹਾਸ ਦੇ ਵਿੱਚ ਜਿਨ੍ਹਾਂ ਨੇ ਕੋਈ ਚੰਗੇ ਲਈ ਕੰਮ ਕੀਤਾ ਪਰ ਇਸੇ ਲਈ ਅਸੀਂ ਵੀ ਬੈਠ ਕੇ ਉਹਨਾਂ ਦੀ ਗੱਲਬਾਤ ਕਰ ਰਹੇ ਹਾਂ ਤੇ ਇਹਨਾਂ ਨੂੰ ਅਸੀਂ ਬਹੁਤ ਸਾਰੀਆਂ ਸ਼ਰਧਾਂਜਲੀਆਂ ਪੇਂਟ ਕਰਦੇ ਹਾਂ ਔਰ ਆਸ ਕਰਦੇ ਹਾਂ ਕਿ ਨਾ ਤੋ ਸਿੱਖ ਕੇ ਹੋਰ ਵੀ ਪੰਡਿਤਾ ਬਣਨ ਗਿਆ ਔਰ ਇੱਕ ਹੋਰ ਔਰਤ ਦਾ ਵੀ ਅਸੀਂ ਇੱਥੇ ਬੈਠ ਕੇ ਜ਼ਿਕਰ ਕਰਾਂਗੇ ਜਿਹਦੇ ਨਾਮ ਦੇ ਮੋਰੇ ਪੰਡਿਤਾ ਸ਼ਬਦ ਲਿਖਾ ਹੋਵੇ ਇਸ ਇਸ ਗੱਲ ਦੀ ਉਡੀਕ ਕਰਾਂਗੇ ਹੂੰ ਹਰਮਨ ਜੀ ਅੱਜ ਜਿਹੜੀ ਮੈਂ ਗੱਲ ਕਰਨੀ ਹੈ ਨਾ ਦਰਅਸਲ ਇਹ ਇਸੇ ਗੱਲ ਦੇ ਨਾਲ ਹੀ ਜੁੜੀ ਹੋਈ ਹੈ ਜਿਹੜੀ ਤੁਸੀਂ ਜਾਣਕਾਰੀ ਦਿੱਤੀ ਆ ਇਹਨਾਂ ਨੇ ਪੰਡਿਤਾ ਰਮਾਬਾਈ ਨੇ ਜਿੰਨਾ ਕੰਮ ਕੀਤਾ ਉਹ ਇਸ ਲਈ ਸੀ ਕਿ ਜਿਹੜੀਆਂ ਔਰਤਾਂ ਨੇ ਉਹ ਆਪਣੇ ਆਪ ਨੂੰ ਪਛਾਣਨ ਉਹ ਉਹਨਾਂ ਵਿੱਚ ਜਿਹੜੀਆਂ ਸਮੱਸਿਆਵਾਂ ਨੇ ਜਿਹੜੀਆਂ ਸਮੱਸਿਆਵਾਂ ਦੇ ਨਾਲ ਉਹ ਜੂਝ ਰਹੀਆਂ ਨੇ ਉਹ ਉਹਨਾਂ ਦਾ ਸਾਹਮਣਾ ਕਰਨ ਆਪ ਵਿਰੋਧ ਕਰਨ ਔਰ ਮੈਂ ਵੀ ਇਹ ਸੋਚਦੀ ਹੁੰਨੀ ਆ ਵੀ ਹੁਣ ਉਹ ਔਰਤਾਂ ਨਹੀਂ ਰਹੀਆਂ ਵੀ ਜਿਹੜੀਆਂ ਆਪਾ ਵਾਰ ਕੇ ਦੂਜਿਆਂ ਦੀ ਖੁਸ਼ੀ ਦੇ ਵਿੱਚ ਖੁਸ਼ ਰਹਿੰਦੀਆਂ ਸੀਗੀਆਂ ਜਿਹੜੀਆਂ ਕਿ ਆਪਣੀਆਂ ਰੀਝਾਂ ਮਾਰ ਕੇ ਤੇ ਨਿਆ ਨੇ ਪਾਲਣ ਤੇ ਹੋਈਆਂ ਸੀਗੀਆਂ ਵੀ ਠੀਕ ਆ ਸੀ ਜੋ ਹੋ ਗਈ ਆ ਸਾਡੇ ਨਾਲ ਜੋ ਹੋ ਗਿਆ ਹੋ ਗਿਆ ਹੁਣ ਅਸੀਂ ਆਪਣੇ ਅੱਗੇ ਬੱਚਿਆਂ ਨੂੰ ਪੜਾ ਲਈਏ ਉਹ ਕਰ ਲਈਏ ਜਾਂ ਕਿਸੇ ਦਾ ਘਰ ਸਵਾਰ ਕੇ ਆਪ ਭਾਵੇਂ ਭੁੱਖੀਆਂ ਸੌ ਜਾਂਦੀਆਂ ਸੀਗੀਆਂ ਉਹ ਔਰਤਾਂ ਹੁਣ ਹੁਣ ਘਟ ਰਹੀਆਂ ਨੇ ਹੁਣ ਔਰਤਾਂ ਆਪਣੀ ਖੁਸ਼ੀ ਮੈਨੂੰ ਲੱਗਦਾ ਉਹਨਾਂ ਦੇ ਖੁਸ਼ੀ ਦੇ ਅਰਥ ਜਿਹੜੇ ਉਹ ਬਦਲ ਗਏ ਨੇ ਉਹ ਆਪਣੀ ਖੁਸ਼ੀ ਲਈ ਵੀ ਕੰਮ ਕਰਨ ਲੱਗ ਪਈਆਂ ਨੇ ਉਹ ਹੁਣ 골ਡ ਮੈਡਲ ਜਿੱਤ ਕੇ ਖੁਸ਼ ਹੁੰਦੀਆਂ ਨੇ ਉਹ ਹੁਣ ਐਵਰੈਸਟ ਪਾਰ ਕਰਕੇ ਖੁਸ਼ ਹੁੰਦੀਆਂ ਨੇ ਹਣਾ ਉਹ ਹੁਣ ਚੰਦ ਤੇ ਜਾ ਕੇ ਖੁਸ਼ ਚੰਦ ਤੇ ਜਾ ਕੇ ਖੁਸ਼ ਹੁੰਦੀਆਂ ਨੇ ਉਹ ਆਪਣੀ ਖੁਸ਼ੀ ਖੁਸ਼ੀ ਲਈ ਲੜਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਵੀ ਸਾਡਾ ਵੀ ਵजूद ਹੈ ਅਸੀਂ ਦੂਜਿਆਂ ਲਈ ਤਾਂ ਜੀਣਾ ਹੈ ਚਲੋ ਦੂਜਿਆਂ ਲਈ ਕੰਮ ਕਰਨਾ ਉਹ ਇੱਕ ਮਰਿਆਦਾ ਪਰ ਆਪਣੇ ਲਈ ਵੀ ਜੀਣ ਲੱਗੀਆਂ ਨੇ ਮੈਂ ਮੈਨੂੰ ਅਮਰਤਾ ਪ੍ਰੀਤਮ ਦੀਆਂ ਉਹ ਲਾਈਨਾਂ ਯਾਦ ਆ ਰਹੀਆਂ ਨੇ ਜਿਦੇ ਵਿੱਚ ਉਹਨਾਂ ਨੇ ਇਹ ਲਿਖਿਆ ਸਿਗਾ ਵੀ ਜਿਹੜੇ ਭਾਰਤੀ ਮਰਦ ਨੇ ਉਹ ਹਜੇ ਵੀ ਔਰਤਾਂ ਨੂੰ ਰਵਾਇਤੀ ਕੰਮ ਕਰਦੇ ਹੋਏ ਘਰ ਦਾ ਕੰਮ ਕਰਦੇ ਹੋਏ ਕੁਝ ਪਰੰਪਰਾਗਤ ਕੰਮ ਕਰਦੇ ਹੋਏ ਹੀ ਦੇਖਣਾ ਚਾਹੁੰਦੇ ਨੇ ਜਿਹੜੀਆਂ ਸਸ਼ਕਤ ਔਰਤਾਂ ਨੇ ਜਾਂ ਜਿਹੜੀਆਂ ਆਜ਼ਾਦ ਔਰਤਾਂ ਨੇ ਉਹਨਾਂ ਦੇ ਨਾਲ ਉਹ ਸਬੰਧ ਤਾਂ ਜ਼ਰੂਰ ਰੱਖਣਾ ਚਾਹੁੰਦੇ ਨੇ ਉਹਨਾਂ ਦੇ ਨਾਲ ਇੱਕ ਦੋਸਤੀ ਤਾਂ ਜ਼ਰੂਰ ਬਣਾਉਣਾ ਚਾਹੁੰਦੇ ਨੇ ਪਰ ਉਹਨਾਂ ਨਾਲ ਵਿਆਹ ਕਰਨ ਤੋਂ ਡਰਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਜਿਹੜੀ ਇੱਕ ਸਸ਼ਕਤ ਔਰਤ ਆ ਅਸੀਂ ਇਹਨੂੰ ਇਹਨੂੰ ਜ਼ਿਆਦਾ ਦੇਰ ਆਪਣੇ ਘਰ ਦੇ ਵਿੱਚ ਨਹੀਂ ਉਹ ਕਰ ਸਕਦੇ ਵੀ ਉਹਨਾਂ ਨਾਲ ਰਹਿਣ ਦੇ ਉਹ ਆਪਣੇ ਆਪ ਨੂੰ ਜਾਂ ਤਾਂ ਕਾਬਿਲ ਨਹੀਂ ਸਮਝਦੇ ਕਿ ਅਸੀਂ ਇਹਨਾਂ ਦਾ ਸਾਹਮਣਾ ਕਰ ਸਕਦੇ ਆ ਜਾਂ ਅਸੀਂ ਇਹਨਾਂ ਦੇ ਨਾਲ ਰਹਿ ਸਕਦੇ ਆ ਪਰ ਉਹਨਾਂ ਔਰਤਾਂ ਦੇ ਨਾਲ ਉਹ ਇਹੋ ਜਿਹਾ ਬਿਹੇਵ ਵੀ ਕਰਦੇ ਨੇ ਵੀ ਹਾਂ ਅਸੀਂ ਤੁਹਾਡੇ ਨਾਲ ਦੋਸਤ ਦੇ ਤੌਰ ਤੇ ਰਹਿ ਸਕਦੇ ਆ ਪਰ ਅਸੀਂ ਆਪਣਾ ਨਹੀਂ ਸਕਦੇ ਪਰ ਮੈਨੂੰ ਲੱਗਦਾ ਹੈ ਕਿ ਹੁਣ ਇਸ ਸਮਾਜ ਨੂੰ ਖਾਸ ਕਰਕੇ ਮਰਦਾਂ ਨੂੰ ਇਹਨਾਂ ਔਰਤਾਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਸਵੀਕ੍ਰਿਤੀ ਮਿਲਣੀ ਚਾਹੀਦੀ ਹੈ ਇਸ ਚੀਜ਼ ਦੀ ਔਰ ਉਹਨਾਂ ਨੂੰ ਇਹ ਵੀ ਸਵੀਕਾਰ ਕਰਨਾ ਚਾਹੀਦਾ ਹੈ ਕਿ ਜੇ ਅਸੀਂ ਉਹ ਕੰਮ ਕਰ ਸਕਦੇ ਆ ਤਾਂ ਔਰਤਾਂ ਵੀ ਉਹ ਕੰਮ ਕਰ ਸਕਦੀਆਂ ਹਨ ਦਰਅਸਲ ਇਹ ਖਿਆਲ ਮੇਰੇ ਮਨ ਦੇ ਵਿੱਚ ਤਾਂ ਆਇਆ ਕਿਉਂਕਿ ਮੈਂ ਨਾ ਦੀਪਿਕਾ ਪਾਦੋਕਨ ਦੀ ਇੱਕ ਇੰਟਰਵਿਊ ਪੜਤਰੀ ਸੀ ਜਿਹੜੀ ਕਿ ਅੱਜਕੱਲ ਬਹੁਤ ਵਾਇਰਲ ਹੋ ਰਹੀ ਆ ਉਹਨਾਂ ਤੋਂ ਇਹ ਪੁੱਛਿਆ ਗਿਆ ਵੀ ਤੁਸੀਂ ਹੁਣ ਬੱਚਾ ਕਦੋਂ ਤੱਕ ਪੈਦਾ ਕਰਨਾ ਹੈ ਤੁਸੀਂ ਮਾਂ ਕਦੋਂ ਤੱਕ ਬਣਨਾ ਹੈ ਨਾ ਉਹਨੇ ਇੱਕ ਬਹੁਤ ਹੀ ਵਿਵਾਦਕ ਟਿੱਪਣੀ ਕੀਤੀ ਉਹ ਕਹਿੰਦੀ ਕਿ ਜਦੋਂ ਨਾ ਇਹ ਸਮਾਜ ਕਿਸੇ ਔਰਤ ਦੇ ਕੋਲੋਂ ਪ੍ਰੈਗਨੈਂਸੀ ਦੇ ਬਾਰੇ ਜਾਂ ਉਹਦੇ ਮਾਂ ਬਣਨ ਬਾਰੇ ਸਵਾਲ ਪੁੱਛਣੇ ਬੰਦ ਕਰ ਦੇਊਗਾ ਉਦੋਂ ਹੀ ਅਸਲ ਸਮਾਜ ਬਣੂਗਾ ਹੂੰ ਮਤਲਬ ਉਹਨਾਂ ਦਾ ਉਹਦਾ ਕਹਿਣਾ ਸੀ ਕਿ ਇਹ ਮੇਰੀ ਮਰਜ਼ੀ ਆ ਹਨਾ ਇਹ ਇਹ ਸਾਡੀ ਸਾਡੀ ਇੱਕ ਆਪਸੀ ਅੰਡਰਸਟੈਂਡਿੰਗ ਆ ਕਿ ਕਦੋਂ ਤੁਸੀਂ ਜਿਹੜੇ ਉਹ ਕਹਿੰਦੀ ਵੀ ਸਾਡੇ ਕੋਲੋਂ ਤੁਸੀਂ ਸੈਲੀਬ੍ਰਿਟੀਜ਼ ਕੋਲੋਂ ਤੁਹਾਡਾ ਜਿਹੜਾ ਮੀਡੀਆ ਇਹੋ ਜਿਹਾ ਸਵਾਲ ਕਿਉਂ ਪੁੱਛਦਾ ਇਹ ਸਾਡੀ ਪਰਸਨਲ ਉਹ ਹੈਗੀ ਆ ਕਹਿੰਦੀ ਕਿਸੇ ਵੀ ਔਰਤ ਕੋਲੋਂ ਇਹ ਸਵਾਲ ਨਹੀਂ ਪੁੱਛਣਾ ਚਾਹੀਦਾ ਮੈਨੂੰ ਇਹਦੀ ਗੱਲ ਬਹੁਤ ਚੰਗੀ ਲੱਗੀ ਕਹਿੰਦੀ ਰਣਵੀਰ ਮੇਰੇ ਕੋਲੇ ਇਹ ਸਵਾਲ ਪੁੱਛ ਸਕਦਾ ਤੁਸੀਂ ਨਹੀਂ ਪੁੱ ਕਿ ਕੀਆ ਹੋਇਆ ਕਿ ਇਹ ਜਿਹੜੀ ਜਿਹੜਾ ਫੈਸਲਾ ਹੈ ਨਾ ਇਹ ਮੇਰਾ ਨਹੀਂ ਹੈ ਦੀਪਿਕਾ ਦਾ ਹੈ ਕਿਉਂਕਿ ਉਹਨੇ ਮਾਂ ਬਣਨਾ ਹੈ ਉਹਨੂੰ ਪਤਾ ਹੈ ਮੈਂ ਕਿਵੇਂ ਪਰਿਵਾਰ ਨੂੰ ਸੰਭਾਲਣਾ ਔਰ ਉਹ ਗੱਲ ਮੈਨੂੰ ਬਹੁਤ ਚੰਗੀ ਲੱਗੀ ਕਿ ਰਣਵੀਰ ਵਰਗੇ ਵੀ ਮਰਦ ਹੈਗੇ ਨੇ ਵੀ ਜਿਹੜੇ ਔਰਤਾਂ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਣਾ ਚਾਹੁੰਦੇ ਨੇ ਜਿਹੜੇ ਕਿ ਸਵੀਕਾਰ ਕਰਦੇ ਨੇ ਵੀ ਤੁਹਾਡਾ ਫੈਸਲਾ ਜੇ ਹੈ ਤਾਂ ਸਾਨੂੰ ਸਵੀਕਾਰ ਹੈ ਤੇ ਜਦੋਂ ਹਰਮਨ ਜੀ ਸਵੀਕਾਰ ਕਰਨ ਦੀ ਗੱਲ ਆਉਂਦੀ ਹੈ ਨਾ ਅਕਸੈਪਟ ਕਰਨ ਦੀ ਗੱਲ ਆਉਂਦੀ ਆ ਤਾਂ ਮੈਂ ਤੁਹਾਡੇ ਨਾਲ ਇੱਕ ਕਿੱਸਾ ਸਾਂਝਾ ਕਰਦੀ ਆ ਕਿ ਮੈਂ ਕੁਝ ਦਿਨ ਪਹਿਲਾਂ ਨਾ ਆਪਣੇ ਇੱਕ ਦੋਸਤ ਨੂੰ ਮਿਲੀ ਤੇ ਜਦੋਂ ਅਸੀਂ ਕਿਸੇ ਰੈਸਟੋਰੈਂਟ ਦੇ ਵਿੱਚ ਐਂਟਰ ਹੋ ਰਹੇ ਸੀਗੇ ਅਸੀਂ ਦਾਖਲ ਹੋ ਰਹੇ ਸੀਗੇ ਤਾਂ ਮੈਂ ਉਹਨਾਂ ਤੋਂ ਅੱਗੇ ਨਿਕਲ ਗਈ ਕਿ ਉਹ ਪਿੱਛੇ ਰਹਿ ਗਿਆ ਥੋੜਾ ਜਿਹਾ ਮੈਂ ਉਹਨਾਂ ਤੋਂ ਅੱਗੇ ਨਿਕਲ ਗਈ ਤੇ ਉਹਨਾਂ ਨੇ ਇਸ ਗੱਲ ਦਾ ਥੋੜਾ ਜਿਹਾ ਗੁੱਸਾ ਕੀਤਾ ਹੂੰ ਕਿਉਂਕਿ ਉਹ ਕਹਿੰਦਾ ਵੀ ਮੇਰੀ ਈਗੋ ਹਰਟ ਹੋਈ ਇਸ ਚੀਜ਼ ਨਾਲ ਤੇ ਮੈਂ ਤੁਹਾਨੂੰ ਦੱਸ ਰਿਹਾ ਕਿ ਮੈਨੂੰ ਉਹ ਗੱਲ ਜਿਹੜੀ ਆ ਇਹ ਨਹੀਂ ਮੈਂ ਕਹਿੰਦਾ ਵੀ ਮੈਨੂੰ ਚੰਗੀ ਨਹੀਂ ਲੱਗੀ ਪਰ ਮੈਨੂੰ ਉਸ ਗੱਲ ਨੇ ਥੋੜਾ ਜਿਹਾ ਮੇਰੀ ਈਗੋ ਹਰਟ ਕੀਤੀ ਵੀ ਇਹ ਮੇਰੇ ਤੋਂ ਅੱਗੇ ਕ੍ਰਾਸ ਕਰਕੇ ਨਿਕਲ ਗਈ ਹੁਣ ਇਹ ਬਹੁਤ ਵੱਡੀ ਗੱਲ ਤਾਂ ਨਹੀਂ ਸੀ ਪਰ ਮੈਂ ਸੋਚ ਰਹੀ ਸੀਗੀ ਵੀ ਅਸੀਂ ਸਾਡੇ ਜਿਹੜੇ ਇਤਿਹਾਸ ਤੋਂ ਜਿਹੜਾ ਸਮਾਜ ਚੱਲਦਾ ਆ ਰਿਹਾ ਉਹਨੇ ਕਿਹੋ ਜਿਹਾ ਇੱਕ ਢਾਂਚਾ ਬਣਾਇਆ ਹੋਇਆ ਕਿ ਜਿਹੜੀ ਔਰਤ ਆ ਉਹ ਮਰਦ ਤੋਂ ਪਿੱਛੇ ਹੀ ਚੱਲੇ ਹਨਾ ਉਹ ਉਹਦੇ ਸਮਾਨ ਹੋ ਕੇ ਤਾਂ ਚੱਲ ਸਕਦੀ ਪਰ ਜੇ ਅੱਗੇ ਚਲੀ ਗਈ ਤਾਂ ਉੱਥੇ ਔਖਾ ਹੋ ਜਾਂ ਲੱਗਦਾ ਵੀ ਹੁਣ ਇਹ ਇਹ ਸਮਾਏ ਨੂੰ ਇਹਨਾਂ ਔਰਤਾਂ ਨੂੰ ਸਵੀਕਾਰ ਕਰਨ ਦੀ ਵਾਰੀ ਆ ਗਈ ਹੈ ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਵੀ ਜਿਹੜੀਆਂ ਔਰਤਾਂ ਨੇ ਉਹ ਹੁਣ ਐਵਰੇਸਟ ਤੇ ਜਾ ਕੇ ਖੁਸ਼ ਹੁੰਦੀਆਂ ਨੇ ਉਹ ਐਵਰੇਸਟ ਦੀ ਚੋਟੀ ਤੇ ਖੜ ਕੇ ਸੈਲਫੀ ਲੈਂਦੀਆਂ ਨੇ ਉਹਦੇ ਵਿੱਚ ਆਪਣੀ ਖੁਸ਼ੀ ਜਿਹੜੀ ਉਹ ਮਾਣਦੀਆਂ ਨੇ ਔਰ ਇਸ ਗੱਲ ਨੂੰ ਜਿੰਨੀ ਜਲਦੀ ਸਵੀਕਾਰ ਕਰ ਲਿਆ ਜਾਵੇ ਮੈਨੂੰ ਲੱਗਦਾ ਉਹਨਾਂ ਵਧੀਆ ਮੈਂ ਬਹੁਤ ਇਸ ਚੀਜ਼ ਨੂੰ ਇੰਜੋਏ ਕਰਦੀ ਹੁੰਨੀ ਆ ਕਿ ਜੇ ਮੈਂ ਕਿਤੇ ਪਹਾੜ ਤੇ ਜਾ ਕੇ ਕੋਈ ਉੱਗਦਾ ਸੂਰਜ ਵੇਖ ਰਹੀ ਆ ਕੋਈ ਛਿਪਦਾ ਸੂਰਜ ਵੇਖ ਰਹੀ ਆ ਤੇ ਉਸ ਟਾਈਮ ਮੈਂ ਆਪਣੀ ਆਜ਼ਾਦੀ ਦਾ ਆਜ਼ਾਦੀ ਨੂੰ ਮਾਣ ਰਹੀ ਆ ਤੇ ਮੈਂ ਹੋ ਰਹੀਆਂ ਕਿ ਹਾਂ ਮੈਂ ਇਹ ਜਿਹੜੀ ਅਚੀਵਮੈਂਟ ਆ ਉਹ ਹਾਸਲ ਕਰ ਲਈ ਮੈਂ ਇੱਥੇ ਪਹੁੰਚ ਗਈ ਹੂੰ ਕਿਉਂਕਿ ਹਰਮਨ ਜੀ ਜੇ ਦੇਖਦੇ ਆ ਕਿ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਹੱਲੇ ਵੀ ਪਹਿਲਾਂ ਤਾਂ ਕੁੜੀਆਂ ਨੂੰ ਪੜ੍ਹਨ ਨਹੀਂ ਦਿੱਤਾ ਜਾਂਦਾ ਉਹਦਾ ਪ੍ਰੈਸ਼ਰ ਹੁੰਦਾ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ ਉਹਦਾ ਪ੍ਰੈਸ਼ਰ ਹੁੰਦਾ ਫਿਰ ਉਹ ਫਿਰ ਉਹਨਾਂ ਤੇ ਵਿਆਹ ਦਾ ਪ੍ਰੈਸ਼ਰ ਬਣਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਵਿਆਹ ਤੋਂ ਬਾਅਦ ਉਹਨਾਂ ਦੀ ਇਹ ਵੀ ਮਰਜ਼ੀ ਨਹੀਂ ਹੁੰਦੀ ਵੀ ਕਦੋਂ ਉਹਨਾਂ ਨੇ ਮਾਂ ਬਣਨਾ ਉਹਦਾ ਵੀ ਪ੍ਰੈਸ਼ਰ ਬਣਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਸੋ ਮੈਨੂੰ ਲੱਗਦਾ ਕਿ ਇਹਨਾਂ ਸਾਰੇ ਪ੍ਰੈਸ਼ਰਸ ਤੋਂ ਹੁਣ ਔਰਤਾਂ ਨੂੰ ਕੱਢਣ ਦੀ ਵਾਰੀ ਆ ਚੁੱਕੀ ਹੈ ਦੇਖੋ ਕੁਸਮ ਜੀ ਗੱਲ ਇਹ ਹੈ ਵੀ ਮੈਂ ਇੱਕ ਚੀਜ਼ ਜ਼ਰੂਰ ਜਾਣਦੀ ਆ ਕੱਢਣਾ ਕਿਸੇ ਨੇ ਨਹੀਂ ਜੀ ਨਹੀਂ ਹੈ ਨਾ ਇਹ ਸਾਨੂੰ ਆਪ ਐਫਰਟ ਕਰਨਾ ਪਊਗਾ ਅਸੀਂ ਕਦੇ ਵੀ ਇਹ ਨਹੀਂ ਕਹਿ ਸਕਦੇ ਵੀ ਜਦੋਂ ਸਾਨੂੰ ਉਹ ਕਹਿਣਗੇ ਤਾਂ ਅਸੀਂ ਕਰਾਂਗੇ ਜਾਂ ਉਹ ਕੋਸ਼ਿਸ਼ ਕਰਨਗੇ ਤਾਂ ਹੋਊਗਾ ਨਹੀਂ ਅੱਗਿਆ ਮਿਲੂਗੀ ਉਦੋਂ ਤਾਂ ਨਹੀਂ ਅੱਗਿਆ ਤਾਂ ਕਦੇ ਵੀ ਨਹੀਂ ਦੇਖੋ ਅਸੀਂ ਅੱਜ ਜੇ ਇੱਥੇ ਬੈਠ ਕੇ ਗੱਲ ਕਰ ਰਹੇ ਹਾਂ ਤਾਂ ਠੀਕ ਆ ਅਸੀਂ ਖੁਸ਼ ਨਸੀਬਾਂ ਕਿ ਸਾਡੇ ਪਰਿਵਾਰਾਂ ਨੇ ਸਾਡੇ ਮਾਪਿਓ ਨੇ ਸਾਡਾ ਸਾਥ ਦਿੱਤਾ ਜੇਕਰ ਤੁਹਾਡੇ ਘਰਾਂ ਦੇ ਹਾਲਾਤ ਇਸ ਤੋਂ ਉਲਟ ਨੇ ਜੇਕਰ ਤੁਹਾਡੇ ਪਰਵਾਰ ਖਲਾਅ ਤੇਸ ਤੋਂ ਉਲਟ ਨੇ ਪਰ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤੇ ਇਹਦੀ ਸ਼ੁਰੂਆਤ ਦੇਖੋ ਜਾਂ ਤਾਂ ਮੈਂ ਦੋ ਚੀਜ਼ਾਂ 'ਚ ਵਿਸ਼ਵਾਸ ਰੱਖਦੀ ਆ ਵੀ ਜਾਂ ਤਾਂ ਆਪਣੇ ਤਰਕ ਦੇ ਨਾਲ ਅਗਲੇ ਨੂੰ ਮਨਾ ਲਓ ਜੀ ਤੇ ਜਾਂ ਫਿਰ ਜਿਵੇਂ ਅਗਲਾ ਕਹਿੰਦਾ ਉਵੇਂ ਚੱਲ ਪੋ ਚੱਲ ਪੋ ਉਹਦੇ ਚ ਖੁਸ਼ ਹੋ ਕੇ ਹਾਂ ਇਹ ਤੁਹਾਡੇ ਅੰਦਰ ਕਾਬਿਲियत ਹੋਣੀ ਚਾਹੀਦੀ ਹੈ ਵੀ ਜੇਕਰ ਤੁਹਾਨੂੰ ਪਤਾ ਹੈ ਮੈਂ ਕੁਝ ਚੰਗਾ ਕੁਝ ਸਹੀ ਕਰਨਾ ਹੈ ਤਾਂ ਫਿਰ ਇਹ ਤੁਸੀਂ ਆਪਣੇ ਅੰਦਰ ਐਸੇ ਤਰਕ ਜਿਹੜੇ ਨੇ ਉਹਨਾਂ ਨੂੰ ਜਨਮ ਦਿਓ ਤੁਸੀਂ ਇਹੋ ਜਿਹੀ ਗੱਲ ਅਗਲੇ ਦੇ ਮੂਹਰੇ ਰੱਖੋ ਵੀ ਅਗਲੇ ਕੋਲ ਤੁਹਾਨੂੰ ਮਨਾ ਕਰਨ ਦੇ ਲਈ ਤੁਹਾਨੂੰ ਜਵਾਬ ਦੇਣ ਦੇ ਲਈ ਕੋਈ ਵੀ ਤਰਕ ਨਾ ਹੋਵੇ ਬਿਲਕੁਲ ਜਦੋਂ ਔਰਤਾਂ ਨੂੰ ਇੱਕ ਕਰੀਅਰ ਚੂਜ਼ ਕਰਾਉਣਾ ਹੁੰਦਾ ਨਾ ਤਾਂ ਉਦੋਂ ਅਸੀਂ ਕਹਿ ਦਿੰਦੇ ਨਰਸਿੰਗ ਕਰਾ ਦਿਓ ਟੀਚਿੰਗ ਕਰਾ ਦਿਓ ਇਹੀ ਬੀਬੀਆਂ ਲਈ ਸਹੀ ਆ ਨਾਲੇ ਵਿਆਹ ਤੋਂ ਬਾਅਦ ਵੀ ਕੋਈ ਔਖ ਨਹੀਂ ਹੋਊਗੀ ਕਿਉਂ ਉਹ ਵੀ ਹੁ ਜਰੂਸ ਕੰਮ ਕਰਨਾ ਚਾਹੁੰਦੀਆਂ ਨੇ ਉਹ ਵੀ ਉਹ ਵੀ ਮੈਨੂੰ ਲੱਗਦਾ ਟੂਰਿਸਟ ਗਾਈਡ ਬਣ ਸਕਦੀਆਂ ਨੇ ਉਹ bizness ਕਰ ਸਕਦੀਆਂ ਨੇ ਕਿਉਂ ਨਹੀਂ ਕਰ ਸਕਦੀਆਂ ਅਸੀਂ ਜੈਂਡਰ ਬੇਸਡ ਸਿਸਟਮ ਕਿਉਂ ਬਣਾਇਆ ਹੋਇਆ ਤੇ ਜੇ ਹੁਣ ਜੇ ਔਰਤਾਂ ਰਸੋਈ ਚੋਂ ਨਿਕਲ ਕੇ ਸਪੇਸ ਤੱਕ ਦਾ ਸਫ਼ਰ ਉਹਨਾਂ ਨੇ ਹਾਸਲ ਕਰ ਲਿਆ ਤੇ ਮੈਨੂੰ ਲੱਗਦਾ ਸਾਨੂੰ ਇਹ ਮੰਨ ਲੈਣਾ ਚਾਹੀਦਾ ਵੀ ਨਵੀਂ ਸਮਾਜਿਕ ਸਿਰਜਣਾ ਹੋ ਰਹੀ ਹੈ ਔਰ ਉਸ ਸਮਾਜ ਦੇ ਵਿੱਚ ਅਸੀਂ ਸਾਹ ਲੈ ਰਹੇ ਹਾਂ ਵੀ ਜਿੱਥੇ ਇਹ ਚੀਜ਼ਾਂ ਹੁਣ ਬਹੁਤ ਛੋਟੀਆਂ ਰਹਿ ਗਈਆਂ ਨੇ ਪਿੱਛੇ ਰਹਿ ਗਈਆਂ ਨੇ ਪਰ ਮੈਨੂੰ ਇੱਥੇ ਇੱਕ ਸ਼ੇਰ ਯਾਦ ਆ ਰਿਹਾ ਹੈ ਕਿ ਹੌਲੇ ਹੌਲੇ ਹੀ ਸਹੀ ਮੇਰੀ ਜ਼ਿੰਦਗੀ ਮੇਰੇ ਫੈਸਲੇ ਕਰਨੇ ਕਦਮ भरने लगी है सो so, ए सानू स्वीकार कर लेना चाहिए बिल्कुल सही सो so, अपनी शुरुआत आप करो कदे नहीं ਕਿਸਨੇ ਹੱਥ ਫੜ ਕੇ ਕਹਿਣਾ ਵੀ ਆਓ ਤੁਹਾਨੂੰ ਬਾਹਰ ਘੁੰਮਣ ਲੈ ਕੇ ਚਲਿਏ ਆਪ ਹੀ ਕਹਿਣਾ ਪੈਂਦਾ ਵੀ ਅੱਜ ਘੁੰਮਣ ਨੂੰ ਜੀ ਕਰਦਾ ਬਾਕੀ ਫਿਲਹਾਲ ਦੇ ਲਈ ਹੁਣ ਪ੍ਰੋਗਰਾਮ ਨੂੰ ਸਮੇਟਣਾ ਪਏਗਾ ਜੀ ਸਾਡੇ ਜਾਣ ਦਾ ਹੋ ਗਿਆ ਵੇਲਾ ਤੁਸੀਂ ਆਪਣੀ ਪ੍ਰਤੀਕਿਰਿਆ ਸਾਡੇ ਤੈ ਜ਼ਰੂਰ ਪਹੁੰਚਾਓ ਸਾਨੂੰ ਤੁਹਾਨੂੰ ਦੋ ਇਜਾਜ਼ਤ ਸਤਿ ਸ਼੍ਰੀ ਅਕਾਲ ਤੁਸੀਂ ਵੇਖਦੇ ਰਹੋ ਪ੍ਰਾਈਮੇ ਸ਼ੈਰ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ